ਸੀਬੀਆਈ ਦੀ ਜਾਂਚ ਬਾਦਲ ਦੀ ਸਰਕਾਰ ਨੇ ਲਾਈ ਸੀ ਤੇ ਸੀਬੀਆਈ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਮੋਹਾਲੀ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਿੱਤੀ ਕਿ ਇਹ ਸਾਰਾ ਮਾਮਲਾ ਜਿਹੜਾ ਹੈਗਾ ਇਸ ਨੂੰ ਬੰਦ ਕੀਤਾ ਜਾਵੇ। ਬੇਅਦਬੀਆਂ ਦੇ ਮਾਮਲੇ ਵਿੱਚ ਜਿੱਥੇ SIT ਨੇ ਹੁਣ ਡੇਰਾ ਸਿਰਸਾ ਦੇ ਪ੍ਰੇਮੀਆਂ ਸਮੇਤ ਰਾਮ ਰਹੀਮ ਨੂੰ ਵੀ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਹੈ, ਉੱਥੇ ਹੀ ਸੀਬੀਆਈ ਨੇ ਹੁਣ ਮੋਹਾਲੀ ਅਦਾਲਤ ਵਿੱਚ ਅਪੀਲ ਕੀਤੀ ਹੈ ਕਿ SIT ਆਪਣਾ ਕੰਮ ਰੋਕ ਦੇਵੇ। ਇਸ ਮਾਮਲੇ 'ਤੇ ਹੁਣ ਸੁਖਪਾਲ ਖਹਿਰਾ ਨੇ ਵੱਡੇ ਖੁਲਾਸੇ ਕਰਦਿਆਂ ਇਸ ਮਾਮਲੇ ਤੋਂ ਪਰਦੇ ਚੁੱਕੇ ਨੇ ਕਿ ਕੌਣ ਕਿਸ ਨੂੰ ਬਚਾ ਰਿਹਾ ਅਤੇ CBI ਕੇਸ ਨੂੰ ਬਚਾਉਣ ਲਈ SIT ਦੇ ਕੰਮ ਨੂੰ ਰੋਕਣਾ ਚਾਹੁੰਦੀ ਹੈ। ਦੋਸਤੋ, ਅੱਜ ਇੱਕ ਵਾਰ ਫਿਰ ਮੈਨੂੰ ਤੁਹਾਡੇ ਨਾਲ ਰੂਬਰੂ ਹੋਣ ਦੀ ਲੋੜ ਮਹਿਸੂਸ ਹੋਈ, ਕਿਉਂਕਿ ਕੁਛ ਸਮੇਂ ਤੋਂ ਇੰਪੋਰਟੈਂਟ ਡਿਵੈਲਪਮੈਂਟਸ ਹੋ ਰਹੀਆਂ ਨੇ ਪੰਜਾਬ ਨੂੰ, ਖਾਸ ਤੌਰ 'ਤੇ ਜਿਸ ਤਰ੍ਹਾਂ ਦਾ ਵਾਤਾਵਰਨ ਇੱਕ ਪੈਦਾ ਕੀਤਾ ਜਾ ਰਿਹਾ ਸਟੇਟ ਗਵਰਨਮੈਂਟ ਵੱਲੋਂ, ਪੁਲਿਸ ਵੱਲੋਂ ਜਾਂ ਦੂਸਰੀਆਂ ਏਜੰਸੀਜ਼ ਵੱਲੋਂ। ਉਹਦੇ 'ਚ ਆਪਾਂ ਸਭ ਨੂੰ ਹਰ ਡਿਵੈਲਪਮੈਂਟ ਦੀ ਅਹਿਮੀਅਤ ਸਮਝ ਕੇ ਔਰ ਉਹਦੇ 'ਤੇ ਇੱਕ ਕਲੋਜ਼ ਵਾਚ ਰੱਖਣ ਦੀ ਲੋੜ ਹੈ। ਅੱਜ ਹਿੰਦੁਸਤਾਨ ਟਾਈਮਸ ਵਿੱਚ ਬਹੁਤ ਵੱਡੀ ਖਬਰ ਲੱਗੀ ਹੈ, ਮੇਰੇ ਖਿਆਲ ਬਹੁਤ ਸਾਰੀ ਦੁਨੀਆ ਨੇ ਤਕਰੀਬਨ ਦੇਖ ਲਈ ਹੋਣੀ ਆ, ਪੜ੍ਹ ਲਈ। ਇਹਦਾ ਹੈਡਿੰਗ ਲਾਇਆ ਉਹਨਾਂ ਨੇ, ਆ ਮੇਰੇ ਕੋਲ ਰਿਪੋਰਟ ਹੈਗੀ ਆ, ਤੁਸੀਂ ਦੇਖ ਸਕਦੇ ਹੋ। ਇਹਦਾ ਹਿੰਦੁਸਤਾਨ ਟਾਈਮਸ ਦੇ ਫਸਟ ਪੇਜ ਸਟੋਰੀ ਆ, ਸਟੋਪ SIT ਪ੍ਰੋਬ ਇਨ ਸੈਕਰੀਲੇਜ ਕੇਸਿਸ CBI ਟੂ ਮੋਹਾਲੀ ਕੋਰਟ। ਤੁਸੀਂ ਸਾਰੇ ਜਾਣਦੇ ਹੋ ਕਿ ਮੋਹਾਲੀ ਦੀ ਅਦਾਲਤ ਵਿੱਚ ਜਿਹੜੇ 2000 ਬੇਅਦਬੀ ਦੇ ਮਾਮਲੇ ਨੇ ਉਹਨਾਂ ਦੀ ਸੁਣਵਾਈ ਚੱਲ ਰਹੀ ਹੈ, ਔਰ ਇਹਦਾ ਥੋੜ੍ਹਾ ਜਿਹਾ ਪਿਛੋਕੜ ਦੱਸਣਾ ਜ਼ਰੂਰੀ ਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਬਾਦਲ ਪਰਿਵਾਰ ਦੀ, ਉਦੋਂ ਜਦੋਂ ਬਹੁਤ ਸ਼ੋਰਗੁੱਲ ਹੋਇਆ, ਉਹਨਾਂ ਨੇ ਜਿਹੜੇ ਬੇਅਦਬੀ ਦੇ ਮਾਮਲੇ ਸੀਗੇ ਉਹ ਉਸ ਵਕਤ ਜਾਂਚ ਜਿਹੜੀ ਸੀ CBI ਨੂੰ ਦਿੱਤੀ। ਥੋੜ੍ਹਾ ਸਲੋਅ ਕਰ ਲਓ ਯਾਰ, ਉਹ ਜਾਂਚ ਜਿਹੜੀ ਸੀ CBI ਨੂੰ ਦਿੱਤੀ। ਉਸ ਤੋਂ ਬਾਅਦ ਸਰਕਾਰ ਬਦਲੀ, ਕੈਪਟਨ ਅਮਰਿੰਦਰ ਸਿੰਘ ਨੇ ਕਿਉਂਕਿ ਬਹੁਤ ਵੱਡੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਉਹਨਾਂ ਨੇ ਇਹ ਜਿਹੜੀ ਜਾਂਚ ਸੀਗੀ ਇਹ ਨਵੇਂ ਸਿਰੇ ਤੋਂ ਇੱਕ SIT ਬਣਾਤੀ। ਜਿਹੜੀ SIT ਜਿਹੜੀ ਬਾਦਲਾਂ ਦੇ ਵੇਲੇ ਸੀ ਉਹ ਰਣਬੀਰ ਖੱਟੜਾ ਜਿਹੜੇ ਸ਼ਾਇਦ DIG ਨੇ ਉਹਨਾਂ ਦੇ ਮੁਤਹਿਤ ਆ, ਹਲੇ ਵੀ ਉਹ ਆਪਣਾ, ਉਹਨਾਂ ਨੇ ਉਦੋਂ ਵੀ ਅਕਾਲੀ ਦਲ ਦੇ ਰਾਜ ਵੇਲੇ ਜਿਹੜਾ ਡੇਰਾ ਸੱਚਾ ਸੌਦਾ ਦੇ ਫੋਲੋਅਰ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਨਾਮਜ਼ਦ ਕੀਤਾ ਸੀਗਾ ਕਿ ਇਹ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਇਹਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ। ਔਰ ਉਸ ਤੋਂ ਬਾਅਦ ਜਦੋਂ ਹੁਣ ਸਰਕਾਰ ਬਦਲੀ ਆ, ਤੁਸੀਂ ਦੇਖਿਆ ਹੋਣਾ ਕਿ CBI ਨੇ ਇੱਕ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਅਦਾਲਤ ਵਿੱਚ ਜਾ ਕੇ ਕਿ ਇਸ ਕੇਸ ਨੂੰ ਸਾਰਿਆਂ ਨੂੰ ਬੰਦ ਕੀਤਾ ਜਾਵੇ ਬੇਅਦਬੀਆਂ ਦੇ। CBI ਦੀ ਜਾਂਚ ਬਾਦਲ ਦੀ ਸਰਕਾਰ ਨੇ ਲਾਈ ਸੀ ਅਤੇ CBI ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਮੋਹਾਲੀ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਿੱਤੀ ਕਿ ਇਹ ਸਾਰਾ ਮਾਮਲਾ ਜਿਹੜਾ ਹੈਗਾ ਇਸ ਨੂੰ ਬੰਦ ਕੀਤਾ ਜਾਵੇ, ਕਿਉਂਕਿ ਜਿਹੜੀ ਸ਼ੱਕ ਦੀ ਸੂਈ ਸੀ ਕਿੱਥੇ ਜਾ ਰਹੀ ਸੀਗੀ ਤਾਂ ਉਹ ਯਕੀਨਨ CBI ਉਹਨਾਂ ਨੂੰ ਡਿਫੈਂਡ ਕਰਨਾ ਚਾਹੁੰਦੀ ਸੀ ਕਿ ਇਸ ਨੂੰ ਬੰਦ ਕਰ ਦਿਓ। ਬਹੁਤ ਫਿਰ ਪ੍ਰੈਸ਼ਰ ਪਿਆ ਅਮਰਿੰਦਰ ਸਿੰਘ 'ਤੇ ਅਤੇ ਉਹਨਾਂ ਨੇ ਕਿਹਾ ਕਿ CBI ਗਲਤ ਕਰ ਰਹੀ ਹੈ। ਉਹਨਾਂ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਕਿ CBI ਦੀ ਜਿਹੜੀ ਅਸੀਂ ਸਾਰੀ ਮੈਂਡੇਟ ਇਸ ਨੂੰ ਵਿਦਡਰਾਅ ਕਰਦੇ ਹਾਂ, ਇਸ ਦੀ ਜਾਂਚ ਜਿਹੜੀ ਆ ਉਹ ਨਵੇਂ ਸਿਰੇ ਤੋਂ ਪੰਜਾਬ ਦੀ SIT ਜਿਹੜੀ ਹੈਗੀ ਆ ਉਹ ਕਰੇਗੀ। CBI ਨੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਪਹਿਲਾਂ ਹਾਈਕੋਰਟ ਵਿੱਚ, ਇਹ ਸਾਰੇ ਡਿਟੇਲਸ ਇਸ ਖਬਰ ਵਿੱਚ ਆ, ਮੈਂ ਆਪਣੇ ਕੋਲੋਂ ਨਹੀਂ ਬਣਾ ਰਿਹਾ। ਹਾਈਕੋਰਟ ਨੇ CBI ਦੇ ਉਸ ਕੇਸ ਨੂੰ ਡਿਸਮਿਸ ਕਰਤਾ ਕਿ ਨਹੀਂ, ਜੋ ਪੰਜਾਬ ਸਰਕਾਰ ਬੇਅਦਬੀਆਂ ਦੇ ਮਾਮਲੇ ਵਿੱਚ ਅਗਰ ਜਾਂਚ ਪੰਜਾਬ ਸਰਕਾਰ ਦੀ ਪੁਲਿਸ ਕਰਨਾ ਚਾਹੁੰਦੀ ਤਾਂ ਉਹਨਾਂ ਨੂੰ ਅਧਿਕਾਰ ਹੈ। ਉਸ ਤੋਂ ਬਾਅਦ CBI ਨੇ ਉਸੇ ਫੈਸਲੇ ਨੂੰ ਸੁਪਰੀਮ ਕੋਰਟ ਆਫ ਇੰਡੀਆ ਚੈਲੇਂਜ ਕੀਤਾ, ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਇਸ ਪਲੀ ਨੂੰ ਡਿਸਮਿਸ ਕਰਤਾ। ਅਤੇ ਇਹਦੇ ਬਾਵਜੂਦ CBI ਨੇ ਆਣ ਕੇ ਹੁਣ ਮੋਹਾਲੀ ਦੀ ਅਦਾਲਤ ਵਿੱਚ ਕੱਲ੍ਹ ਫਿਰ ਇੱਕ ਅਰਜ਼ੀ ਦਿੱਤੀ ਆ ਕਿ ਜਿਹੜਾ SIT ਪ੍ਰੋਬ ਕਰ ਰਹੀ ਆ ਸਾਰੇ ਬੇਅਦਬੀਆਂ ਦੇ ਮਾਮਲੇ, ਇਹਨੂੰ ਇੱਥੇ ਰੋਕਿਆ ਜਾਵੇ। ਜਿਹੜੀ ਸ਼ਾਇਦ ਰਣਬੀਰ ਖੱਟੜੇ ਵਾਲੀ SIT ਜਿਸ ਨੇ ਹੁਣ ਥੋੜ੍ਹੇ ਦਿਨ ਪਹਿਲਾਂ ਜਿੱਥੇ ਸ਼ਾਇਦ ਕਾਫੀ ਡੇਰਾ ਸੱਚਾ ਸੌਦਾ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੂੰ ਨਾਮਜ਼ਦ ਕੀਤਾ, ਲੇਕਿਨ ਸਭ ਤੋਂ ਇੰਪੋਰਟੈਂਟ ਗੱਲ ਜਿਹਦੇ ਕਰਕੇ CBI ਹੁਣ ਮੁਦਾਖਲਤ ਕਰ ਰਹੀ ਆ ਉਹ ਹੈਗੀ ਆ ਡੇਰਾ ਸੱਚਾ ਸੌਦਾ ਦਾ ਮੁਖੀ ਜਿਹੜਾ ਰਾਮ ਰਹੀਮ ਸਿੰਘ, ਉਸ ਨੂੰ ਨਾਮਜ਼ਦ ਕਰ ਦਿੱਤਾ SIT ਨੇ ਕਿ ਬੇਅਦਬੀਆਂ ਦੇ ਵਿੱਚ ਇਸ ਆਦਮੀ ਦਾ ਹੱਥ ਹੈਗਾ ਵਾ। ਹੁਣ CBI ਨੂੰ ਹੱਥਾਂ ਪੈਰਾਂ ਦੀ ਪੈ ਗਈ ਆ, ਕਿਉਂਕਿ ਅਗਰ ਇਹ ਸਾਰਾ ਬੇਨਕਾਬ ਹੋ ਜਾਂਦਾ ਮਸਲਾ ਬੇਅਦਬੀਆਂ ਦਾ, ਕਿਸ ਤਰ੍ਹਾਂ ਡੇਰਾ ਸੱਚਾ ਸੌਦਾ ਦਾ ਹੱਥ ਸੀਗਾ, ਤਾਂ ਮੈਂ ਸਮਝਦਾ ਵਾਂ ਕਿ ਜਿਹੜਾ ਰੋਜ਼ ਦਿਹਾੜੀ
ਸਿੱਖਾਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਜਿੱਦਾਂ ਰੁਪਿੰਦਰ ਤੇ ਉਹਦੇ ਭਰਾ ਨੂੰ ਜਸਵਿੰਦਰ ਨੂੰ ਉਸ ਵੇਲੇ ਅਕਾਲੀਆਂ ਦੀ ਸਰਕਾਰ ਨੇ ਚੱਕ ਕੇ ਟੋਰਚਰ ਕੀਤਾ ਸੀਗਾ ਔਰ ਇਹਨਾਂ ਤੋਂ ਘੁਆਉਣਾ ਚਾਹੁੰਦੇ ਸੀਗੇ ਕਿ ਇਹ ਬੇਅਦਬੀਆਂ ਸਾਰੀਆਂ ਅਸੀਂ ਕੀਤੀਆਂ ਨੇ। ਇਸ ਤਰ੍ਹਾਂ ਨਾਲ ਫਿਰ ਸੀ ਬੀ ਆਈ ਦੇ ਕੋਲ ਇਹ ਕੋਈ ਇਲਜ਼ਾਮ ਲਾਉਣ ਨੂੰ ਅੱਗੇ ਕੋਈ ਗੱਲ ਨਹੀਂ ਰਹਿ ਜਾਏਗੀ ਔਰ ਜਿਹੜਾ ਡੇਰਾ ਸੱਚਾ ਸੌਦਾ ਦਾ ਰੂਲ ਹੈ ਉਹ ਕੈਟੇਗੋਰੀਕਲੀ ਲੋਕਾਂ ਦੇ ਸਾਹਮਣੇ ਸਾਹਮਣੇ ਨੰਗਾ ਹੋ ਜਾਏਗਾ। ਕਰਨਾ ਤਾਂ ਅਕਾਲੀਆਂ ਨੂੰ ਚਾਹੀਦਾ ਸੀਗਾ ਉਸ ਵੇਲੇ, ਜੇ ਬਾਦਲ ਦੀ ਸਰਕਾਰ ਉਸ ਵੇਲੇ ਸਹੀ ਮਹੀਨਿਆਂ ਵਿੱਚ ਇਨਵੈਸਟੀਗੇਟ ਕਰਦੀ ਔਰ ਇਹ ਤੱਥ ਸਾਹਮਣੇ ਲਿਆਉਂਦੀ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਔਰ ਜਿਸ ਢੰਗ ਦੇ ਨਾਲ ਬਾਦਲ ਦੀ ਸਰਕਾਰ ਨੇ ਉਸ ਵੇਲੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਵਾਲਾ ਕੇਸ ਸੀਗਾ ਬਠਿੰਡਾ ਦੇ ਸੈਸ਼ਨ ਕੋਰਟ ਵਿੱਚ, ਇਹਨਾਂ ਨੇ ਐਨ 2012 ਦੀ ਇਲੈਕਸ਼ਨ ਤੋਂ ਪਹਿਲਾਂ ਉਸ ਕੇਸ ਨੂੰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ ਵਿਦਡਰਾਅ ਕੀਤਾ। ਉਹ ਸਾਰਾ ਮਾਮਲਾ ਜਿਹੜਾ ਸੀਗਾ ਉਹ ਫਿਰ ਪੰਜਾਬ ਦੇ ਵਿੱਚ ਲੋਕਾਂ ਦੇ ਜਜ਼ਬਾਤ ਭੜਕਦੇ ਰਹੇ, ਗੱਲ ਤੁਰੀ ਰਹੀ ਤੁਰੀ ਰਹੀ ਤੁਰੀ ਰਹੀ ਔਰ ਹੁਣ ਜਿਹੜਾ ਸੀ ਬੀ ਆਈ ਨੇ ਹੈਗਾ ਉਹ ਅਦਾਲਤ ਵਿੱਚ ਇਹ ਕਹਿਣਾ ਕਿ ਐਸ ਆਈ ਟੀ ਦੇ ਪ੍ਰੂਫ ਨੂੰ ਬੰਦ ਕਰਾਇਆ ਜਾਵੇ, ਜਦਕਿ ਸੁਪਰੀਮ ਕੋਰਟ ਸੀ ਬੀ ਆਈ ਦੀ ਅਦਾਲਤ ਸੀ ਬੀ ਆਈ ਦੀ ਇਸ ਡਿਫੈਂਸ ਨੂੰ ਉਹਨਾਂ ਦੀ ਮੁਦਾਖਲਤ ਨੂੰ ਬੇਅਦਬੀ ਦੇ ਕੇਸਾਂ ਵਿੱਚ ਡਿਸਮਿਸ ਕਰ ਚੁੱਕੀ ਆ। ਇਹਦੇ ਬਾਵਜੂਦ ਸੀ ਬੀ ਆਈ ਫਿਰ ਆ ਰਹੀ ਆ ਔਰ ਇੱਥੇ ਗੱਲ ਇੱਕ ਹੋਰ ਬੜੀ ਇੰਪੋਰਟੈਂਟ ਕਹਿਣਾ ਚਾਹੁੰਦਾ ਕਿ ਸਭ ਨੂੰ ਚੇਤੇ ਹੋਊਗਾ ਕਿ ਮੌੜ ਬੰਬ ਬਲਾਸਟ ਹੋਇਆ 2017 ਦੀ ਇਲੈਕਸ਼ਨ ਵਿੱਚ, ਉਹਦੇ 7 ਬੱਚੇ ਬੇਗੁਨਾਹ ਮਰੇ ਨੇ ਕਿਉਂਕਿ ਔਰ ਪੰਜਾਬ ਪੁਲਿਸ ਇਸ ਕਰਕੇ ਇਨਵੈਸਟੀਗੇਟ ਨਹੀਂ ਕਰ ਰਹੀ ਮੌੜ ਬੰਬ ਬਲਾਸਟ ਨੂੰ ਕਿਉਂਕਿ ਉਹਦੀ ਸੂਈ ਵੀ ਉੱਥੇ ਹੀ ਜਾਂਦੀ ਆ, ਕਿੱਥੋਂ ਗੱਡੀ ਆਈ ਉਹਦੇ ਵਿੱਚ ਕਿਸ ਤਰ੍ਹਾਂ ਉਹਦੇ ਵਿੱਚ ਕੀ ਬੰਬ ਬਲਾਸਟ ਪਲਾਂਟ ਕੀਤਾ ਗਿਆ ਔਰ ਕਿਸ ਤਰ੍ਹਾਂ 7 ਬੇਗੁਨਾਹ ਜਵਾਨਾਂ ਬੱਚਿਆਂ ਦੀ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਜਾਨ ਗਈ ਸੀ ਉਹਦੀ ਪੰਜਾਬ ਪੁਲਿਸ ਨੇ ਅੱਜ ਤੱਕ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ। ਅਤੇ ਆਹ ਜਿਹੜਾ ਹੁਣ ਕਦਮ ਆ ਸੀ ਬੀ ਆਈ ਦਾ ਇਹ ਸਾਫ ਦੱਸਦਾ ਵਾ ਕਿ ਉਹ ਬਚਾਉਣਾ ਚਾਹੁੰਦੇ ਨੇ ਉਸ, ਇਹਨੂੰ ਵੋਟ ਬੈਂਕ ਪੋਲੀਟਿਕਸ ਕਹਿ ਦਿਓ, ਇਹਨੂੰ ਏਜੰਸੀਜ਼ ਦੇ ਅੱਗੇ ਉਹਨਾਂ ਦਾ ਇੱਕ ਕਹਿ ਦਿਓ ਕਿ ਉਹਨਾਂ ਦੇ ਥਰੂ ਓਪਰੇਟ ਹੋ ਰਿਹਾ ਸੀਗਾ ਔਰ ਸਾਰੀ ਇੱਕ ਕਮਿਊਨਿਟੀ ਨੂੰ ਬਦਨਾਮ ਕੀਤਾ ਜਾ ਰਿਹਾ ਸੀਗਾ ਕਿ ਸਾਰਾ ਸ਼ਾਇਦ ਕੰਮ ਇਹਨਾਂ ਵਿੱਚੋਂ ਕਿਸੇ ਨੇ ਕੀਤਾ ਵਾ, ਇਸ ਲਈ ਉਸ ਜਾਂਚ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ। ਇਹਦੇ ਮੁਕਾਬਲੇ 'ਤੇ ਪੰਜਾਬ ਪੁਲਿਸ ਮੌੜ ਬੰਬ ਬਲਾਸਟ ਨੂੰ ਤਾਂ ਇਨਵੈਸਟੀਗੇਟ ਨਹੀਂ ਕਰ ਪਾ ਰਹੀ ਜਾਂ ਆਹ ਜਿਹੜੇ ਤੱਥ ਸਾਹਮਣੇ ਆ ਰਹੇ ਨੇ ਇਹਨਾਂ ਨੂੰ ਜ਼ੋਰਦਾਰ ਢੰਗ ਦੇ ਨਾਲ ਇਹਨਾਂ ਨੂੰ ਐਕਸਪੋਜ਼ ਨਹੀਂ ਕੀਤਾ ਜਾ ਰਿਹਾ। ਪਰ ਯੁਆਪਾ ਜਿਹੜਾ ਕਾਨੂੰਨ ਜਿਹਦੀ ਮੈਂ ਹੁਣ ਟਾਇਰਟ ਸ਼ੁਰੂ ਕੀਤੀ ਹੈ, ਜਿਹੜਾ ਅਸੀਂ ਇੱਕ ਲੋਕ ਕਚਹਿਰੀ ਲਾਉਣੀ ਸ਼ੁਰੂ ਕੀਤੀ ਆ, ਉਹਦੇ ਤਹਿਤ ਤਾਂ ਬਹੁਤ ਛੇਤੀ ਛੇਤੀ ਚੱਕ ਕੇ ਨੌਜਵਾਨਾਂ ਨੂੰ ਫੜ ਕੇ ਅਤੇ ਅਰੈਸਟ ਕੀਤਾ ਜਾ ਰਿਹਾ, ਚਾਹੇ ਉਹ ਲਵਪ੍ਰੀਤ ਸਿੰਘ। ਹੁਣ ਸਾਰੇ ਫੈਕਟ ਸਾਹਮਣੇ ਆ ਰਹੇ ਨੇ, ਜਿਹੜਾ ਮੈਂ ਕੱਲ੍ਹ ਗਿਆ ਉੱਥੇ ਸੇਰਾ ਪਿੰਡ ਵਿੱਚ ਸੁਖਚੈਨ ਸਿੰਘ ਇੱਕ ਦਲਿਤ ਨੌਜਵਾਨ ਨੂੰ ਜਿਹੜਾ ਉਹਦੇ 'ਚ ਗ੍ਰਿਫਤਾਰ ਕੀਤਾ, ਜਦੋਂ ਉਹਦੀ ਸਾਰੀਆਂ ਡਿਟੇਲਸ ਕੱਢੀਆਂ ਉਹਦੇ ਵਿੱਚ ਇੱਕ ਲਵਪ੍ਰੀਤ ਨੂੰ ਇਨਵੋਲਵ ਕੀਤਾ, ਪਤਾ ਲੱਗਿਆ ਕਿ ਲਵਪ੍ਰੀਤ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀਗਾ ਐਂਟੀ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਖਿਲਾਫ, ਉਹਦੇ 'ਚ ਲੰਗਰ ਦੀ ਸੇਵਾ ਕਰਦਾ ਸੀਗਾ ਔਰ ਬਹੁਤ ਗਰੀਬ ਬੱਚਾ ਵਾ, ਆਈ ਥਿੰਕ ਹੀ ਇਜ਼ ਓਨਲੀ 18-19 ਈਅਰਸ ਓਲਡ, ਸਿਰਫ 18-19 ਸਾਲ ਉਮਰ ਆ ਔਰ ਉਹ ਗੁੱਲਾ ਪਿੰਡ ਹੈ ਉਹਨਾਂ ਦਾ ਕੈਥਲ ਜ਼ਿਲ੍ਹੇ ਦੇ ਵਿੱਚ। ਸਮਾਣੇ ਇੱਕ ਸੀ ਸੀ ਟੀ ਵੀ ਜਿੱਥੇ ਬਣਦੇ ਨੇ ਸ਼ਾਇਦ ਉੱਥੇ ਕਿਸੇ ਦੁਕਾਨ 'ਤੇ ਕੰਮ ਕਰਦਾ ਸੀ ਦਿਹਾੜੀਦਾਰ, ਜਿੱਦਾਂ ਸੁਖਚੈਨ ਸਿੰਘ ਦਾ ਪਰਿਵਾਰ ਕੱਲ੍ਹ ਦਿਖਾਇਆ ਟੋਟਲ ਦਿਹਾੜੀਦਾਰ, ਇੱਦਾਂ ਹੀ ਬਿਲਕੁਲ ਲਵਪ੍ਰੀਤ ਸਿੰਘ ਆ। ਉਸੇ ਨਾਲ ਅੱਗੇ ਜੋੜਿਆ ਇੱਕ ਅਚਾਨਕ ਪਿੰਡ ਆ ਮਾਨਸਾ ਦਾ ਅੰਮ੍ਰਿਤਪਾਲ ਸਿੰਘ, ਇੱਕ ਉੱਥੋਂ ਦਾ ਜੋੜ ਲਿਆ। ਇੱਕ ਮੁੰਡਾ ਆਈਡੈਂਟੀਫਾਈ ਉਸੇ ਐੱਫ ਆਈ ਆਰ ਦੇ ਵਿੱਚ ਅਸੀਂ ਲੱਭ ਰਹੇ ਹਾਂ, ਗੈਵੀ ਇੱਕ ਨਵਾਂ ਸ਼ਹਿਰ ਦਾ, ਔਰ ਉਸੇ ਐੱਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਇੱਕ ਜਸ ਕੋਈ ਬਟਾਲੇ ਦਾ। ਇਹ ਕਿੱਥੇ ਦਿੱਲੀ ਦਾ ਸ਼ਾਹੀਨ ਬਾਗ, ਕਿੱਥੇ ਦਿੱਲੀ ਦੀ ਪੁਲਿਸ ਨੇ ਲਵਪ੍ਰੀਤ 'ਤੇ ਜਿਹੜਾ ਪਰਚਾ ਦਰਜ ਕੀਤਾ ਉਹਨਾਂ ਦਾ ਨਾਮ ਇਸ ਸੁਖਚੈਨ ਸਿੰਘ ਵਾਲੀ ਐੱਫ ਆਈ ਆਰ ਜਿਹੜੀ ਸਮਾਣਾ ਸਦਰ ਥਾਣ ਪੁਲਿਸ ਸਟੇਸ਼ਨ 'ਚ ਦਰਜ ਆ, ਇਹਨਾਂ ਸਾਰਿਆਂ ਦੇ ਕਿੱਥੋਂ ਕਿੱਥੇ ਲਿੰਕ ਜੁੜੇ ਨੇ। ਇਹ ਤਾਂ ਉਹ ਆਦਮੀ ਨੇ ਜਿਨ੍ਹਾਂ ਨੂੰ ਜਿਹੜੇ ਸ਼ਾਮ ਤਾਈਂ ਬਹੁਤ ਜ਼ੋਰ ਲਾ ਕੇ 150-250 ਰੁਪਏ ਦੀ ਕਮਾਈ ਕਰਦੇ ਨੇ, ਕੀ ਇਹਨਾਂ ਦਾ ਐਡਾ ਪੈਨ ਪੰਜਾਬ ਪੈਨ ਨੌਰਥ ਇੰਡੀਆ ਕਨੈਕਸ਼ਨ ਹੋ ਸਕਦਾ। ਖੈਰ ਇਹ ਹਲੇ ਅਸੀਂ ਸਾਰੀ ਗੱਲ ਨੂੰ ਅੱਗੇ ਤਹਿਕੀਕਾਤ ਕਰ ਰਹੇ। ਜਿੱਦਾਂ ਮੇਰੇ ਹਲਕੇ ਦੇ ਵਿੱਚ ਇੱਕ ਬਿਲਕੁਲ ਬੇਗੁਨਾਹ ਨੂੰ ਜੋਗਿੰਦਰ ਸਿੰਘ ਗੁੱਜਰ ਨੂੰ ਫਰੇਮ ਕੀਤਾ ਗਿਆ ਸੀਗਾ, ਜਿਹਦੇ 'ਤੇ ਜਿਹੜਾ 65 ਸਾਲ ਦਾ ਹਾਰਟ ਪੇਸ਼ੈਂਟ ਇੱਕ ਨਵੇਂ ਪੈਸੇ ਦਾ ਕ੍ਰਿਮੀਨਲ ਰਿਕਾਰਡ ਨੇ, ਕੱਲ੍ਹ ਵੀ ਸੁਖਚੈਨ ਸਿੰਘ ਦੇ ਪਿੰਡ ਵਾਲਿਆਂ ਨੇ ਗਵਾਹੀ ਦਿੱਤੀ ਕਿ ਇਹਦੇ ਖਿਲਾਫ਼ ਇੱਕ ਕਦੀ 57 ਦੇ ਪਰਚਾ ਦਰਜ ਨਹੀਂ ਹੋਇਆ। ਜਿਹੜਾ ਆਦਮੀ 57 ਵੀ ਵਾਇਲੇਟ ਉਹ ਸਿੱਧਾ ਟੈਰਰਿਸਟ ਐਕਟੀਵਿਟੀ 'ਤੇ ਭਾਰਤ ਨੂੰ ਦੇਸ਼ ਨੂੰ ਤੋੜਨ ਦੀਆਂ ਗਤੀਵਿਧੀਆਂ 'ਚ ਹਿੱਸਾ ਲੈ ਸਕਦਾ, ਅਤੇ ਉਹਨਾਂ ਦੀ ਆਰਥਿਕ ਪੋਜੀਸ਼ਨ ਅਗਰ ਤੁਸੀਂ ਦੇਖੋਗੇ, ਮੈਨੂੰ ਪਤਾ ਲੱਗਿਆ ਵਾ ਕਿ ਸਮਾਣੇ ਵਾਲੇ ਦੀ ਵੀ ਜਿਹੜੇ ਕੈਥਲ ਗੁਹਾ ਪਿੰਡ ਵਾਲੇ ਦੀ ਲਵਪ੍ਰੀਤ ਦੀ ਬਹੁਤ ਕਮਜ਼ੋਰ ਹੈ। ਪਤਾ ਨਹੀਂ ਦਿੱਲੀ ਵਾਲਿਆਂ ਨੇ ਕੀ ਸੋਚਿਆ ਔਰ ਕਿਹੜੇ ਪੁਲਿਸ ਅਫਸਰਸ ਉਹਨਾਂ ਦੇ ਅੰਦਰ
इंसानियत क्यों नहीं हैगी, अक्सर तुसी उन्हां नूं इंटरोगेट कर रहे। अगर कोई छोटा मोटा उन्होंने गुनाह किया उन्हां नूं उन्ने गुनाह विच बुक कर दिओ तां कि अपने घरां च परत सकन वापस आण के। जिहड़ा युवापा लॉ मिसयूज हो रहा इहदे विच इन्हां लोकां दी इन्हां च तां हिम्मत ही नहीं गी कि अपनी जमानत भी करा सकन, जमानत हुंदी भी नहीं गी। इस लई अज जिहड़ा मेरा इह मकसद आ कि CBI बेअदबियां दे मामले विच, क्योंकि राम रहीम दे डेरे दे हैड दा नाम आ रहा, वह रोक रही है जांच अदालत विच जाके। CBI कहती है मोदी साहब की सरकार, मोदी साहब की सरकार विच कौन बैठा वा? बादल साहब का परिवार। और अगर ये जांच चलती रही, उन्होंने पता वा जे SIT नूं ते पंजाब की पुलिस नूं फ्री हैंड दिता गया, उहदे च बादल दे परिवार के भी नाम आने के चांसिज आ। बैबल कलां गोलीकांड दे विच उन्हां दे नाम आने के चांसिज आ। तो उन्होंने कहा सारी गल नूं डीरेल करो, इस नूं सारी नूं बंद कराओ। और जे एक गल साफ होगी कि बेअदबियां भी कराइया डेरे दे लोकां ने, तो बैबल कलां दे विच गोली जिहड़ी चलवाई गई आ उहदे विच भी रोल उस वक्त की अकाली दल की सरकार का सी, बादल पुलिस वाले दोषी फड़े गए। तो फिर जिहड़ा नित दिन सिखां ते इल्जाम लाया जा रहा कि ये वक्खवादी ने, ये अतवादी ने, क्योंकि देखो जदों तुसीं सही गुनाहगार नूं फड़ोंगे कोई रौला नहीं पवेगा। जिहड़े लोग असल जिम्मेवार ने उन्हां दे खिलाफ़ पूरा एक्शन होना चाहिए, मैं असीं उस गल दे मुदई हाँ। लेकिन जिहड़े बेगुनाहां नूं तुसीं फड़ के एक पंजाब दे विच एक माहौल पैदा किया जा रहा वा कि ताकि लोगों 2020 रेफरेंडम की आड़ विच एक बार चंगी तरह धमका ही दिओ कि मुड़ के उठन जोगे ना रहन, आ तां रोकिया जा रहा है वा, तां कि फिर ये ना हो जड़े असी सिखां दे खिलाफ जड़े नौजवानों के खिलाफ असी केस दर्ज कर रहे, वह भी सारे झूठे, दे विल ऑलसो फॉल फ्लैट अल्टीमेटली, क्योंकि जड़ा ये एक मोडस ऑपरेंडी है पुलिस का ना, एक डिजाइन है स्पैशल, उस डिजाइन के मुताबिक वो कभी FIR दर्ज कर देंगे ने समाणे, कभी कर देंगे ने अमृतसर, कभी कर देंगे तरन तारण, कभी कर देंगे ने बठाले, कभी कर देंगे ने नवांशहर। और यह सारिया जिहड़ियां FIR हो रही, माफ करना जो कल सुखचैन है वो मल्टीपल FIR नाम है, वह जरा लवप्रीत फड़िया शाहीन बाग सेवा करता वह मल्टीपल FIR नाम है, जरा जोगिंदर सिंह गुजर भलत का इटली तो आया सगा वह दो FIR नाम है। ये सारे इदा करके इन्ने उलझाते ने कि एक चो कि निकलेंगे तो दूजी च फस जाएंगे मल्टीपल। और मैं देख रहा वा कि पुलिस इदा के व्यक्ति चुन रही है जोड़े बिल्कुल डिफेंसलैस ने, जोड़े निहत्थे ने, जिन्हों के कोल इन्नी भी शक्ति नहीं कि वह किसी लोकल जिले की कचहरी में पहुँच के अपने वकील न कर सकन। कल मैं सुखचैन सिंह के परिवार को मिलया, वह इन्ने इंटमीडिएटिड से, इन्ने दहशत में से, पहले तो वह गल ही नहीं करते साडे नाल। फिर असी पंचायत ने पिंड वालों ने समझाया कि देखो ये आए ने डॉक्टर गांधी आए ने, यह इमदाद करने लिए आए ने। उन्हों का सगा कि कितने ना हो कि पुलिस सानू दोबारा साढ़े भरा तो चक के लै गई है, वह पिस्तौल पाता, वह युवापा लाता, सानू भी चक के अंदर ना दे दे। यह माहौल अज पंजाब दे विच हैगा वा, इसलिए इस सारी डूंगी साजिश नू समझण की कोशिश करो। देर इज समथिंग वर्किंग फ्रॉम दिल्ली, जिहड़े डेरे दे मुखी नू भी बचाउणा चाहुंदे आ, डेरे जिहड़े 2015 दे विच जदों बेअदबियां होईयां ते बैबल कलां च गोली चली, वह अपने दोस्तों नू जिहड़े उन्हां दे नरम जे अकाली दोस्त ने जिहड़े बादल दा परिवार, उसनू भी बचाउणा चाहुंदे आ। और जिहड़ा काम असीं शुरू कीता ना, फर्ज़ करो डॉक्टर गांधी ने, इह दा सिगा सिखां दे हकूक की राखी करनी, बेगुनाह लोगों के खिलाफ आवाज उठाउणी, टाडा वर्गे कानून युवापा का विरोध करना, यह साडा काम तो नहीं सीगा। यह अकाली दल का जिहड़ी रोज कहती है कि असी सिखां दी नुमाइंदा जमात, असी घट गिणतियां दी नुमाइंदा जमात, काम तो उन्हां दा सीगा। पर वह काम क्यों करनगे? क्योंकि CBI दिल्लियों सारे काम नूं डीरेल करना चाहुंदी है, तो डीरेल करके जिथे डेरे वाले नूं बचाउणा चाहुंदी, उत्थे साडे पुराने सरकार विच रहे दोस्तां नूं भी बचाउणा चाहुंदी। बाकी जानकारी इसकी होर इन्वेस्टिगेशन, इस नूं होर रिसर्च करना तुसी सारे भी अपने पक्ष से देख सकते हैं। तो असी जिहड़ा आने वाले दिनों यतन करूँगा, मैनूं पता वा कि मैं भी अंडर थ्रैट है, कल नूं मेरे ते भी युवापा टाइप कोई कानून ला के, क्योंकि उन्होंने नज़र आ रहा है कि यह व्यक्ति आ रहा है, यह सारी गल नूं लोकां च जाके पर्दाफाश कर रहा, सोशल मीडिया से उहदा इंपैक्ट जा रहा वा, तो वह मेरी आवाज़ बंद कराने की कोशिश करनगे, मैनूं पता वा। मेरे ते पहलां भी हो रहे ने सारे अटैम्प्ट्स, 6 मुकदमे पहलां कैप्टन साहब ने मेरे ते ड्रग्स का मुकदमा दर्ज करके मैंने सुप्रीम कोर्ट ले, ये सरकारी मशीनरी का दुरउपयोग के कुछ भी कर सकते, एंड मैंटली आई एम प्रिपेयर फॉर इट, कोई यहोजी गल नहीं हैगी, उसनों आप लड़ांगे उन्हों पूरा। पर मैं मौके मौके सिर जिहड़ियां साजिशां ते जिहड़े डिजाइन ने अल्टीरियर जिन्हों कहिंदे ने अंदरले, वो तुहाडे सामने लैके आ, वरना CBI नूं एक कदी कहण की लोड़ नहीं सी आण के इत्थे मोहाली की अदालत विच कि जी तुसीं SIT नूं
ਫਰਦਰ ਜਾਂਚ ਕਰਨ ਤੋਂ ਰੋਕਿਆ ਜਾਵੇ। ਕਿਉਂ ਰੋਕਿਆ ਜਾਵੇ? ਕਿਉਂਕਿ ਉਹਨਾਂ ਨੂੰ ਡਰ ਹੈ ਕਿ ਸਾਡੇ ਪੁਰਾਣੇ ਮਿੱਤਰਾਂ ਤੇ ਪੁਰਾਣੇ ਆ ਜਿਹੜਾ ਡੇਰਾ ਹੈ ਜਿਸ ਨੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸਿਰਫ ਆਪਣੀ ਮਸ਼ਹੂਰੀ ਵਾਸਤੇ, ਆਪਣੇ ਉਸ ਸੈਕਟ ਨੂੰ, ਆਪਣੇ ਡੇਰੇ ਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਕੰਮ ਕੀਤਾ ਉਹਦਾ ਬਹੁਤ ਭਾਰੀ ਨੁਕਸਾਨ ਜਿਹੜਾ ਹੈ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਹੋਇਆ ਵਾ। ਸੋ ਤੁਸੀਂ ਸਾਰੇ ਬਹੁਤ ਸੁਲਝੇ ਹੋਏ ਹੋ ਸਿਆਣੇ, ਜਿੱਥੇ ਵੀ ਪੰਜਾਬ 'ਚ ਵਿਸ਼ਵ 'ਚ ਬੈਠੇ ਪੰਜਾਬੀ, ਔਰ ਸਾਰੇ ਆਪਣੇ ਭਾਈਚਾਰੇ ਨੂੰ ਕਿ ਇਸ ਦੇ ਉੱਤੇ ਜ਼ਰੂਰ ਸਾਰੇ ਗੌਰ ਕਰਨ। ਬਹੁਤ ਬਹੁਤ